ਲਓ ਵੀ ਅੱਜ ਅੰਮ੍ਰਿਤਸਰ ਦੇ ਵਿੱਚ ਫਿਰ ਗੁਰੂ ਧਾਰਨ ਰਣਜੀਤ ਸਿੰਘ ਫੌਜੀ ਦਾ ਮੁੰਡਾ ਸ਼ਿਗਿਰਦ ਪੈ ਰਿਹਾ ਅੰਮ੍ਰਿਤਸਰ 'ਚੋਂ ਨਾਂ ਕੀ ਸਤਨਾਮ ਸਿੰਘ ਸਤਨਾਮ ਸਿੰਘ ਉਹ ਪਹਿਲਾਂ ਵੀ ਕਬੂਤਰ ਇੱਥੇ ਡਾਂਦੇ ਆ ਅਤੇ ਅੱਜ ਉਹਨਾਂ ਨੇ ਉਹਨਾਂ ਨੂੰ ਗੁਰੂ ਧਾਰ ਰਿਹਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਗੁਰੂ ਧਾਰਨਾਂ ਦੇ ਵਿੱਚ ਆਪ ਖੁਦ ਪਹੁੰਚਿਆ ਇੱਥੇ ਸਰਵਨ ਸਿੰਘ ਵਰਲਡ ਚੈਂਪੀਅਨ ਅਤੇ ਆਹ ਮੇਰੇ ਫੌਜੀ ਸਾਹਿਬ ਰਣਜੀਤ ਸਿੰਘ ਜੀ ਸ਼ਿਗਿਰਦ ਇਹ ਸਾਡਾ ਪੋਤਾ ਸ਼ਿਗਿਰਦ ਅਤੇ ਇਹ ਸਾਰੇ ਕਬੂਤਰ ਖਿਡਾਰੀ ਆ ਬੈਠੇ ਹੋਏ ਬਸ ਫੜ ਕੇ ਰੱਖ ਨੱਪਣਾ ਨਹੀਂ ਬਸ ਤੂੰ ਬੜਾਈ ਜਾਣੀ ਇੱਦਾਂ ਚਿਹਰਿਆਂ ਦੇ ਥੱਲੇ ਹੋਰ ਐਂ ਕਰ ਲਿਆ ਕਰਨਾ ਅੱਜ ਆ ਗਿਆ ਤੂੰ ਜਦੋਂ ਬੋਲਣਾ ਇੱਦਾਂ ਲਓ ਜੀ ਗੁਰੂ ਧਾਰਨਾ ਜਿਹੜੀ ਹੁੰਦੀ ਹੈ ਸਾਡੇ ਪਹਿਲਾਂ ਰਸਮ ਜਿਹੜੀ ਸਾਡੀ ਆਓ ਜੀ ਨਮਕ ਵਾਲਾ ਪਾਣੀ ਬੇਟੇ ਤੁਹਾਨੂੰ ਵੀ ਪਤਾ ਲੱਗੇ ਲਿਆ ਇਹ ਨਮਕ ਦਾ ਪਾਣੀ ਕਿਉਂ ਪਿਆ ਜਾਂਦਾ ਉਸਤਾਦ ਨਾ ਹਰਾਮ ਕਰੇ ਅਤੇ ਚੇਲਾ ਵੀ ਨਾ ਹਰਾਮ ਕਰੇ ਜੇ ਉਹਦਾ ਪਾਣੀ ਮਿੱਠਾ ਪੀ ਲਿਆ ਸਾਰੀ ਜ਼ਿੰਦਗੀ ਉਹਨੂੰ ਉਹਦੇ ਨਾਲ ਨਿਭਾਣੀ ਪੈਂਦੀ ਸਮਝਦੇ ਅੱਜ ਕੱਲ੍ਹ ਬੜਾ ਚੱਲਿਆ ਹੋਇਆ ਦੂਜੇ ਦਿਨ ਉਸਤਾਦ ਬੋਲ ਦਿੰਦੇ ਆ ਉਹ ਨਹੀਂ ਬਚਦੇ ਅਤੇ ਇਹਦੇ ਵਿੱਚ ਇਹ ਲਾਜ਼ਮੀ ਪਹਿਲਾਂ ਰਣਜੀਤ ਸਿੰਘ ਫੌਜੀ ਜੀ ਪੀਣਗੇ ਪਾਣੀ ਉਸ ਤੋਂ ਬਾਅਦ ਜਿਹੜਾ ਅਤੇ ਉਹਦੇ ਸ਼ਿਗਿਰਦ ਸਾਰਾ ਪਾਣੀ ਪੀਣ ਕੇ ਘੁੱਟ ਨਹੀਂ ਛੱਡਣਗੇ ਵਿੱਚ ਲਓ ਜੀ ਹੁਣ ਮੈਨੂੰ ਸਮਾਨ ਦੱਸੋ ਕੀ ਹੈ ਅਤੇ ਫਿਰ ਆਪਾਂ ਸ਼ੁਰੂ ਕਰੀਏ ਤੁਸੀਂ ਸਮਝਾ ਦੋ ਮਾੜਾ ਜਿਹਾ ਫਿਰ ਆ ਜਾਈਏ ਕੱਟ ਕਰਦਾ ਬੰਦ ਕਰਨਾ ਲਓ ਜੀ ਇਹ ਜਿਹੜਾ ਉਸਤਾਦ ਹੋਊਗਾ ਜ਼ਰੂਰ ਦੱਸੂਗਾ ਜਿਹਨੇ ਆਪਣਾ ਉਸਤਾਦ ਬਣਾਇਆ ਬੇਟੇ ਕੋਈ ਸੰਗਤ ਚ ਨਹੀਂ ਅਗਲਾ ਫਿਰ ਉਹ ਜਿਹੜਾ ਉਸਤਾਦ ਬਣਾਇਆ ਹੁੰਦਾ ਉਹਨੂੰ ਇੱਥੇ ਮਾਨ ਦਿੱਤਾ ਜਾਂਦਾ ਜੇ ਨਹੀਂ ਉਸਤਾਦ ਫਿਰ ਨਹੀਂ ਸੋਰੀ ਅਤੇ ਲਓ ਜੀ ਹੁਣ ਜਿਹੜਾ ਰੀਤੀ ਰਿਵਾਜ਼ ਗੁਰੂ ਧਾਰਨਾ ਦਾ ਉਹ ਸ਼ੁਰੂ ਹੋਣ ਲੱਗਾ ਅਤੇ ਉਹ ਦੇਖੋ ਪਹਿਲਾਂ ਉਹ ਚੇਲਾ ਆਪਣੇ ਉਸਤਾਦ ਦੇ ਹੱਥ ਹਾਰ ਪਾਊਂਗਾ ਗੱਲ 'ਚ ਉਸ ਤੋਂ ਬਾਅਦ ਉਹਨਾਂ ਦੇ ਪਗੜੀ ਦਊਂਗਾ ਅਤੇ ਕੱਪੜੇ ਦਊਂਗਾ ਜਿਹੜੇ ਉਹਦੇ ਹੈ ਬੰਦੇ ਆ ਉਸਤਾਦ ਦੇ ਪੈਂਟ ਕਮੀਜ਼ ਹੁੰਦੀ ਆ ਜੇ ਆਪਣੀ ਪਗੜੀ ਨਾਲ ਹੁੰਦੀ ਆ ਉਹ ਦਊਂਗਾ ਜੀ ਫਿਰ ਆਪਣੇ ਉੱਦਾਂ ਹੀ ਸੇਮ ਦਾਦੇ ਉਸਤਾਦ ਨੂੰ ਦਊਂਗਾ ਫਿਰ ਉਸ ਤੋਂ ਬਾਅਦ ਜਿਹੜੇ ਉਹਦੇ ਗੁਰਪਾਈ ਵਿੱਚ ਬੈਠੇ ਹੋਣਗੇ ਜਿੱਦਾਂ ਕੋਈ ਕਬੂਤਰਾਂ ਵਾਲਾ ਉਸਤਾਦ ਬੈਠਾ ਹੋਊਗਾ ਉਹਨੂੰ ਮਾਨ ਦਊਂਗਾ ਉਹ ਅਸੀਂ ਹੁਣ ਰਸਮ ਸ਼ੁਰੂ ਕਰਨ ਲੱਗੇ ਹਾਂ ਫਿਰ ਤੁਸੀਂ ਉੱਠ ਜਾਓ ਤੁਸੀਂ ਵੀ ਉੱਠ ਜਾਓ ਆ ਬੇਟੇ ਤੁਸੀਂ ਤੂੰ ਕਿਹੜੇ ਇੱਧਰ ਹੋ ਗਏ ਸਹੀ ਖਿੱਚੇ ਕੋਈ ਇੱਥੇ ਗੱਲ ਹਾਂ ਆਓ ਇਹ ਹੈ ਜੀ ਪਗੜੀ ਅਤੇ ਕੱਪੜੇ ਜਿਹੜੇ ਦੇ ਰਿਹਾ ਉਹਨਾਂ ਨੂੰ ਆਪਣੇ ਸਤਾਰ
ਹੋਗੀ ਬੇਟੇ ਲਓ ਜੀ ਇਹ ਦਾਦੇ ਉਸਤਾਦ ਦੀ ਰਸਮ ਸੀਗੀ ਅਤੇ ਬਾਕੀ ਸਾਡੇ ਵਿੱਚ ਲਓ ਜੀ ਇਹ ਸਾਰਿਆਂ ਦੇ ਇਹਨਾਂ ਦੇ ਗੁਰ ਭਾਈ ਵੱਡੇ ਉਹਨਾਂ ਨੂੰ ਮਾਨ ਮਿਲ ਰਿਹਾ ਮੀਰਾਪੁਰ ਤੋਂ ਕਾਲਾ ਜੀ ਲਓ ਜੀ ਸਾਡਾ ਇੱਕ ਸ਼ਗਿਰਦ ਉਹਦੀ ਜਗ੍ਹਾ ਬੇਟੇ ਕੈਮਰਾ ਫੜੀ ਹੋ ਜਾ ਕੇ ਤੁਸੀਂ ਉਹਦਾ ਹੀ ਫੜ ਲੈਣਾ ਉਹ ਤੁਹਾਨੂੰ ਦੱਸ ਦੇਣਾ ਤਾਂ ਫੜ ਲੈਣਾ ਕਿਲੇ ਨਾ ਕੋਈ ਮੂਵੀ ਲਓ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਚਲੋ ਜੀ ਅੱਜ ਸਾਡੇ ਅਸਲ 'ਚ ਵਾਢੀਆਂ ਚੱਲਦੀਆਂ ਪਈਆਂ ਕਣਕਾਂ ਦੀਆਂ ਸਾਡੇ ਅੱਜ ਕਾਫੀ ਬੰਦੇ ਬਿਜੀ ਸੀਗੇ ਜਿਹੜੇ ਸਾਡੇ ਵਿੱਚ ਸੀ ਦੱਸਦੇ ਉਹ ਨਹੀਂ ਆ ਸਕੇ ਅਤੇ ਵੀ ਦੱਸ ਇੱਥੇ ਹੋ ਜਾਂਦੇ 25-30 ਹਰ ਵਾਰੀ ਹੁੰਦੇ ਆ ਚਲੋ ਅੱਜ ਥੋੜ੍ਹੇ ਹੋਏ ਆ ਬਹੁਤ ਵਧੀਆ ਜਿਹਦੇ ਵਿੱਚ ਮੈਂ ਆ ਗਿਆ ਸਭ ਤੋਂ ਵੱਡਾ ਪ੍ਰੂਫ ਇਹ ਸੁਣ ਲਓ ਜੇ ਵਿੱਚ ਮੈਂ ਪਹੁੰਚ ਗਿਆ ਸਭ ਤੋਂ ਵੱਡਾ ਪ੍ਰੂਫ ਇਸ ਤੋਂ ਉੱਪਰ ਕੋਈ ਪ੍ਰੂਫ ਹੈ ਜੀ ਤੁਹਾਡੇ ਕੋਲ ਜੇ ਵਰਲਡ ਚੈਂਪੀਅਨ ਵਿੱਚ ਖੜਾ ਹੋ ਜਾਣਾ ਸਭ ਕੁਛ ਹੋ ਜਾਂਦਾ ਜਿਹਨੇ ਦੇਸ਼ ਦੇ ਵਾਸਤੇ ਇੰਨਾ ਕੁਛ ਕੀਤਾ ਜਿੱਤਿਆ ਅਤੇ ਹੁਣ ਤੁਸੀਂ ਵੀ ਇੱਦਾਂ ਹੀ ਕਾਕਾ ਨਾਂ ਕਮਾਉਣਾ ਅਤੇ ਕਬੂਤਰ ਬਾਈ 'ਚ ਨਾਂ ਕਰਕੇ ਦੱਸਣਾ ਵੀਰੇ ਮੈਨੂੰ ਵੀ ਆਪਾਂ ਹਰਜੀਤ ਸਿੰਘ ਫੌਜੀ ਦੇ ਸ਼ਗਿਰਦ ਅਤੇ ਆਪਾਂ ਕੁਛ ਕਰਨਾ ਉਹਨੂੰ ਹਾਸਲ ਕਰਨਾ ਸਮਝਿਆ ਹੁਣ ਮੇਰੇ ਜਿੰਨੇ ਵੀ ਅੱਜ ਕੱਲ੍ਹ ਪੋਤੇ ਚੇਲੇ ਚੂਲੇ ਸਾਰੇ ਅੱਜ ਕੱਲ੍ਹ ਬੜੇ ਪ੍ਰਾਈਜ ਕੰਡੇ ਆ ਉਹਨਾਂ ਦੀ ਮੈਨੂੰ ਮੁਬਾਰਕਾਂ ਹੀ ਆਉਂਦੀਆਂ ਵੀ ਅੱਜ ਕੱਲ੍ਹ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਚੇਲੇ ਵੀ ਜਿੱਤਦੇ ਆ ਅਤੇ ਕੋਈ ਵੀ ਜਿੱਤੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਮੁਬਾਰਕਾਂ ਜਿਹੜਾ ਦਿੰਦਾ ਸਾਨੂੰ ਹੋਰ ਹੁਣ ਵਧਣ ਦਾ ਲੈ ਗਿਆ ਚੇਲੇ ਹੁਣ ਚਲੋ ਫੌਜੀ ਦਾ ਕੱਲ੍ਹ ਇੱਕ ਚੇਲਾ ਪੜ੍ਹ ਲਈ ਆਇਆ ਆਇਆ ਤਾਂ ਹਰ ਮਿਨਿਸਟਰ ਰੱਖਿਆ ਦਿੰਦਾ ਸਾਨੂੰ ਖੁਸ਼ੀ ਬਹੁਤ ਹੋਈ ਇੱਦਾਂ ਹੀ ਮਿਹਨਤਾਂ ਕਰੋ ਅਤੇ ਇੱਦਾਂ ਹੀ ਸਭ ਕੁਛ ਪਾਓ ਸਿੰਘਾ ਜੀ ਸਾਰਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਸਾਰੇ ਦੇਣੀਆਂ ਅਤੇ ਕੋਈ ਗਲਤੀ ਮੇਰੇ ਕੋਲ ਹੋ ਜਾਵੇ ਤਾਂ ਉਹ ਮਾਫ਼ ਕਰਨਾ ਮੈਨੂੰ